ਹੈਲੋ ਪਿਆਰੇ ਬੱਚਿਓ ਸਵਾਗਤ ਕਰਦਾ ਹਾਂ ਮੈਂ ਤੁਹਾਡਾ ਸਾਡੇ ਚੈਨਲ ਕੁਚੂਰਾ ਟੀਜੀ ਦੀ ਨਵੀਂ ਵੀਡੀਓ ਦੇ ਵਿੱਚ ਤਾਂ ਅੱਜ ਦੀ ਵੀਡੀਓ ਦੇ ਵਿੱਚ ਬੱਚਿਓ ਆਪਾਂ 8ਵੀਂ ਕਲਾਸ ਦਾ ਸਮਾਜਿਕ ਵਿਗਿਆਨ ਦਾ ਜੋ ਟੂਡੇ ਕੁイズ ਆਇਆ ਹੋਇਆ ਹੈ 16 ਤਰੀਕ ਦਾ ਉਸ ਨੂੰ ਸੋਲਵ ਕਰਾਂਗੇ ਉਸ ਤੋਂ ਪਹਿਲਾਂ ਤੁਸੀਂ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੰਟੀ ਦੇ ਬਟਨ ਨੂੰ ਪ੍ਰੈਸ ਜ਼ਰੂਰ ਕਰਨਾ ਹੈ ਤੇ ਨਾਲ ਹੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤੇ ਜ਼ਿਆਦਾ ਸਮਾਂ ਵੇਸਟ ਨਾ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆਂ ਜਿਵੇਂ ਕਿ ਸਕਰੀਨ ਦੇ ਉੱਪਰ ਤੁਸੀਂ 8th class SST 16 5 2022 ਫਰੋਹੀਪੁਰ ਦਾ ਜਿਹੜਾ ਕੁイズ ਤੁਸੀਂ ਦੇਖ ਸਕਦੇ ਹੋ ਤਾਂ ਇਸ ਦਾ ਜਿਹੜਾ ਸੋਲੂਸ਼ਨ ਆ ਤੁਸੀਂ ਥੱਲੇ ਦੇਖ ਸਕਦੇ ਹੋ 3/2 ਜਮੀਨੀ ਪਾਗ ਇਹ ਆਪਾਂ ਹੁਣ ਤੁਹਾਨੂੰ ਸੋਲਵ ਕਰਕੇ ਦਿਖਾਉਂਦੇ ਆ ਭਾਗ ਕਿਹੜੇ ਗੋਲਾਰਦ ਵਿੱਚ ਹੈ ਜਿਹੜਾ 2/3 ਜਮੀਨੀ ਪਾਗ ਇਹਦਾ ਉੱਤਰ ਇਹ ਗੋਲਾਰਦ ਆਏਗਾ ਉਸ ਤੋਂ ਭਾਗ 3 ਦੀ ਸਤਾ ਉਹ ਕਿਹੜਾ ਮੰਡਲ ਹੈ ਜਿਸ ਉੱਪਰ ਕੁਦਰਤੀ ਤੱਤਾਂ ਦਾ ਪ੍ਰਭਾਵ ਵੱਧ ਨਜ਼ਰ ਆਉਂਦਾ ਹੈ ਜੀਵ ਮੰਡਲ ਪੈਟਰੋਲੀਅਮ ਅਬਰਕ ਕੋਲਾ ਮੈਗਨੀਜ਼ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ ਤੇ ਆਏਗਾ ਨਾਨ ਮੈਟੈਲਿਕ ਆ ਦਾ ਤੁਕਨੇ ਜੋ ਉਸ ਤੋਂ ਅਗੇ ਤੁਸੀਂ ਕੁਐਸਚਨ ਨੰਬਰ 4 ਦੇ ਵਿੱਚ ਵੇਖ ਸਕਦੇ ਸਾਡੇ ਦੇਸ਼ ਦੇ ਪਹਾੜੀ ਖੇਤਰਾਂ ਵਿੱਚ ਬਹੁਤ ਸਾਰੀਆਂ ਨਦੀਆਂ ਜਿਨ੍ਹਾਂ ਉੱਪਰ ਡੈਮ ਬਣਾਏ ਜਾ ਸਕਦੇ ਹਨ ਪਰੰਤੂ ਹਲੇ ਤੱਕ ਉੱਤੇ ਬਣਾਏ ਨਹੀਂ ਗਏ ਦੱਸੋ ਇਹ ਨਦੀਆਂ ਕਿਹੜੇ ਸਾਧਨ ਹਨ ਇਹਦਾ ਆਲ ਦਾ ਬਬਾ ਆਏਗਾ ਸਾਰੇ ਹੀ ਪੰਜਵੇਂ ਦੇ ਵਿੱਚ ਵੈਦਿਕਾ ਵਿੱਚ ਪੜਦਾ ਕੀ ਨਾਮ ਸੀ ਹਾਰਿਆ ਵਰਤ ਉਸ ਤੋਂ ਅਗੇ ਛੇਵੇਂ ਦੇ ਵਿੱਚ ਵੇਖ ਸਕਦੇ ਭਾਰਤ ਲਈ ਹੋਡੂ ਸ਼ਬਦ ਦੀ ਵਰਤੋਂ ਕਿੱਥੇ ਕੀਤੀ ਗਈ ਤੇ ਮਹਾ ਭਾਰਤ ਦੇ ਅਨੁਸਾਰ ਅਗਲੇ 7ਵੇਂ ਪ੍ਰਸ਼ਨ ਦੇ ਵਿੱਚ ਵੇਖ ਸਕਦੇ ਹੋ 16ਵੀਂ ਸਦੀ ਦੌਰਾਨ ਕਿਹੜੇ ਮੁਗਲ ਬਾਦਸ਼ਾਹ ਨੇ ਭਾਰਤ ਰਾਜ ਦੇ ਉੱਤੇ ਹਮਲਾ ਕੀਤਾ ਤੇ ਸੌਰੀ ਅਧਿਕਾਰ ਕੀਤਾ ਰਾਜ ਅਕਬਰ ਹਮਾਈਉ ਬਾਬਰ ਇਹਨਾਂ ਨੇ ਤਿੰਨਾਂ ਨੇ ਕੀਤਾ ਸੀ ਯੂਰੋਪੀਅਨ ਸ਼ਕਤੀਆਂ ਪੁਰਤਗਾਲ ਡੱਚ ਫ੍ਰਾਂਸੀ ਜਦੋਂ ਸਾਰੇ ਰਾਜੇ ਲੜੇ ਸਨ ਤੇ ਕਿਹੜੇ ਰਾਜ ਸਥਾਪਿਤ ਹੋਇਆ ਸੀ ਐਂਡ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸਰਕਾਰ ਦਾ ਕਿਹੜਾ ਅੰਗ ਕਾਨੂੰਨ ਨੂੰ ਲਾਗੂ ਕਰਦਾ ਹੈ ਤਾਂ ਇਹਦਾ ਸਾਰੇ ਉਪਰਕਤ ਆ ਜਾਏਗਾ ਉਪਰਕਤ ਸਾਰੇ 10ਵੇਂ ਦੇ ਵਿੱਚ ਰਾਜ ਸਰਕਾਰੀ ਰਾਜ ਸਰਕਾਰ ਦਾ ਮੁਖੀ ਕੌਣ ਹੁੰਦਾ ਤਾਂ ਪ੍ਰਧਾਨ ਮੰਤਰੀ ਦਾ ਮੁਖੀ ਹੁੰਦਾ ਹੈ ਪ੍ਰਧਾਨ ਮੰਤਰੀ ਇਹਦਾ ਜਿਹੜਾ ਆਨਸਰ ਆ ਜਾਏਗਾ 11ਵੇਂ ਪ੍ਰਸ਼ਨ ਦੇ ਵਿੱਚ ਕਾਂਗਰਸ ਨੇ ਪੂਰਵ ਸਵਰਾਜ ਦੀ ਮਤਾ ਕਦੋਂ ਪਾਸ ਕੀਤਾ 1930 ਦੇ ਵਿੱਚ 31 ਦਸੰਬਰ ਨੂੰ ਇਹ ਕਾਨੂੰਨੀ ਦਸਤਾਵੇਜ਼ ਹੈ ਇਹਦਾ ਜਿਹੜਾ ਆ ਇਹ ਉਪਰਕਤ ਸਾਰੇ ਆ ਜਾਏਗਾ 13ਵੇਂ ਪ੍ਰਸ਼ਨ ਦੇ ਵਿੱਚ ਤੁਸੀਂ ਨਕਸ਼ੇ ਨੂੰ ਵੇਖ ਕੇ ਇੱਥੇ ਜਿਹੜਾ ਉੱਪਰ ਆ ਵਾ ਫਿਲ ਕੀਤਾ ਵਾ ਉਹਦਾ ਜਿਹੜਾ ਰਾਜ ਦਸਨਾਤ ਇਹ ਆਂਧਰਾ ਪ੍ਰਦੇਸ਼ ਆ ਜਾਏਗਾ ਉਸ ਤੱਕ 14ਵੇਂ ਪ੍ਰਸ਼ਨ ਦੇ ਵਿੱਚ ਸੰਸਾਰ ਦਾ ਨਕਸ਼ੇ ਦੇ ਮਾਦੀਪ ਏ ਯੂਰਪ ਮਾਦੀਪ ਆ ਜਾਏਗਾ ਤੇ 15ਵੇਂ ਪ੍ਰਸ਼ਨ ਦੇ ਵਿੱਚ ਤੁਸੀਂ ਜਿਵੇਂ ਦੇਖ ਸਕਦੇ ਗੁੜਾ ਗੁੜਾ ਇੱਥੇ ਜਿਹੜੀ ਕਿਸ ਦੀ ਰਾਜਧਾਨੀ ਤੇ ਇੰਦਰਸ਼ੀ ਲਾਂ ਦਾ ਅੰਸਰ ਆਏਗਾ 16ਵੇਂ ਦੇ ਵਿੱਚ ਤੁਸੀਂ ਪੰਜਾਬ ਦੇ ਕਿਸ ਗੁਰੂ ਇਸ ਦਾ ਜਿਹੜਾ ਅੰਸਰ ਆ ਮੈਨੂੰ ਕਨਫਿਊਜ਼ਨ ਆ ਰਹੀ ਸੀ ਦੋਨਾਂ ਦੇ ਵਿੱਚੋਂ ਇੱਕ ਆ ਜਾਂਦਾ ਤਰਵੰਡੀ ਸਾਬੂ ਜਾਂ ਫਤਿਹਗੜ੍ਹ ਸਾਹਿਬ ਤੇ ਇੱਥੇ ਆਪਾਂ ਫਤਿਹਗੜ੍ਹ ਸਾਹਿਬ ਲਗਾ ਦਿੰਦੇ ਇੱਕ ਵਾਰ ਬਾਕੀ ਤੁਸੀਂ ਚੈੱਕ ਕਰ ਲਿਓ ਬੁੱਕ ਦੇ ਵਿੱਚੋਂ ਚੰਗੀ ਤਰ੍ਹਾਂ ਇਹਨਾਂ ਦੋਨੋਂ ਦੇ ਵਿੱਚ ਕੋਈ ਹਿੱਕ ਹੋਵੇਗਾ ਠੀਕ ਹੈ ਤੇ ਸੰਸਾਰ ਵਸ ਦੀ ਇਸ ਕਦਮਨਾ ਆ ਜਾਂਦਾ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਉਸ ਤੋਂ ਅੱਗੇ ਬਲੂਟੁੱਥ ਦੀ ਕੋਈ ਕਿਸ ਨੇ ਕਿਸ ਕੰਪਨੀ ਨੇ ਕੀਤੀ 에ਰੇ 에ਰੇ ਕਿਸਨ 에ਰੇ ਕਿਸਨ ਵਿੱਚ ਹੋਈ ਸੀ ਉਸ ਤੋਂ ਅੱਗੇ ਭਾਰਤ ਦਾ ਪਹਿਲਾ ਅਖਬਾਰ ਕਿਹੜਾ ਸੀ ਬੰਗਾਲ ਗਜਟ ਥਰਡ ਆਪਸ਼ਨ ਭਾਰਤ ਦਾ ਕਿਹੜਾ ਰਾਜ ਚੰਦਨ ਦੀ ਲੱਕੜ ਲਈ ਜਾਣਿਆ ਜਾਂਦਾ ਹੈ ਕਰਨਾਟਕ ਤੇ ਤਾਮਿਲਨਾਡੂ ਆ ਇੱਥੇ ਤਾਮਿਲਨਾਡੂ ਦਾ ਆਪਸ਼ਨ ਨਹੀਂ ਤੇ ਕਰਨਾਟਕ ਤਾਂ ਐਸੇ ਆਈ ਦੇ ਬੱਚੇ ਵੀਡੀਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਮਿਲਦੇ ਹਾਂ ਅਗਰ ਨਵੇਂ ਕੁイズ ਜਾਂ ਨਵੇਂ ਕੁਐਸਚਨ ਪੇਪਰ ਜਾਂ ਕੋਈ ਟੈਸਟ ਦੇ ਵਿੱਚ ਉਦੋਂ ਤੱਕ ਲਈ ਬਾਏ ਬੇ ਟੇਕ ਕੇਅਰ ਜੈ ਹਿੰਦ ਵੰਦੇਮਾ